ਦੋਸਤੋ ਕੀ ਹਾਲ ਚਾਲ ਨੇ, ਤੁਸੀਂ ਵੇਖ ਰਹੇ ਹੋ ਮਦਰ ਸੈਨ ਟੀ ਵੀ ਅਤੇ ਮੈਂ ਤੁਹਾਡਾ ਮੇਜ਼ਬਾਨ ਮਦਰ ਸੈਨ ਜੋਈਆ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਮੈਂ ਰੋਜ਼ ਨਵੀਂ ਵੀਡੀਓ ਨਾਲ ਹਾਜ਼ਰ ਹੁੰਦਾ ਦੋਸਤਾਂ ਭਰਾਵਾਂ ਦੀ ਖਿਦਮਤ ਦੇ ਵਿੱਚ, ਅਤੇ ਮੈਂ ਜਨਾਬ ਉਹਨਾਂ ਭਰਾਵਾਂ ਦਾ ਬੜਾ ਮਸ਼ਹੂਰ ਹਾਂ, ਬੜਾ ਸ਼ੁਕਰਗੁਜ਼ਾਰ ਹਾਂ ਕਿ ਜਿਹੜੇ ਮੇਰੇ ਚੈਨਲ ਨੂੰ ਵੇਖਦੇ ਨੇ, ਨਾਲ ਦੋਸਤਾਂ ਨਾਲ ਲਾਈਕ ਸ਼ੇਅਰ ਵੀ ਕਰਦੇ ਨੇ, ਨਾਲ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਦੇ ਨੇ। ਅਤੇ ਅੱਜ ਮੈਂ ਇੱਕ ਵੀਡੀਓ ਲੈ ਕੇ ਆਇਆ ਤਾਜ਼ੀ ਮੱਝ ਦੀ। ਹੁਣ ਮੇਰਾ ਕੈਮਰਾਮੈਨ ਸਾਹਿਬ ਤੁਹਾਨੂੰ ਇਹ ਤਾਜ਼ੀ ਮੱਝ ਵਿਖਾਵੇਗਾ, ਉਸ ਤੋਂ ਬਾਅਦ ਗੱਲਾਂ ਬਾਤਾਂ ਮੈਂ ਸਾਰੀਆਂ ਕਰਾਂਗਾ ਮਾਲਕ ਨਾਲ ਕਿ ਇਸ ਮੱਝ ਦਾ ਕੀ ਹਿਸਾਬ ਕਿਤਾਬ ਏ, ਇਹ ਕਿਵੇਂ ਸੂਏ, ਜਾਂ ਇਹਦੇ ਪਿੱਛੇ ਕੱਟੀ ਏ ਜਾਂ ਕੱਟਾ ਹੈ ਜਾਂ ਕਦੋਂ ਦੀ ਸੂਈ ਏ, ਇਹ ਗੱਲਾਂ ਮੈਂ ਪੁੱਛਾਂਗਾ ਮਾਲਕ ਨੂੰ। ਨੰਬਰ ਮੇਰਾ 0304-79-7776, ਇਹੋ ਹੀ ਮੇਰਾ ਵਟਸਐਪ ਨੰਬਰ ਹੈ, ਇਹੋ ਹੀ ਈਮੋ ਦਾ ਨੰਬਰ ਹੈ, ਲੋਕੇਸ਼ਨ ਮੇਰੀ ਆਰਫ ਵਾਲੇ ਦੀ। ਇਹ ਮੱਝ ਏ, ਤਾਜ਼ੀ ਸੂਈ ਏ ਬਿਲਕੁਲ, ਮਾਲਕ ਨੂੰ ਪੁੱਛਾਂਗਾ ਇਹ ਕਦੋਂ ਸੂਈ ਏ ਅਤੇ ਕਦੋਂ ਨਹੀਂ ਸੂਈ ਪਾਈ। ਹਰ ਚੀਜ਼ ਮੇਰੇ ਕੈਮਰੇ ਦੀ ਨਜ਼ਰ ਹੋਏਗੀ ਔਰ ਇਨਸ਼ਾਅੱਲਾ ਅੱਜ ਵਾਲੀ ਵੀਡੀਓ ਤੁਹਾਨੂੰ ਪਸੰਦ ਵੀ ਆਏਗੀ। ਕੈਮਰਾਮੈਨ ਸਾਹਿਬ ਸਲੀਆਂ ਕਰਾਓ ਇਸ ਮੱਝ ਦੀਆਂ, ਵਿਖਾਉਣ ਦੇ ਵਿੱਚ ਜਾਨਵਰ ਕੋਈ ਚਾਕਸ਼ੂਬਾ ਨਾ ਰਹਿਣ ਦਿਆ ਕਰੋ, ਐਂ ਸਲੀਆਂ ਕਰਾਇਆ ਕਰੋ ਮੇਰੇ ਭਾਈਆਂ ਦੀ। ਕਰਮਾਲੀ ਠੀਕ ਹੋ ਗਿਆ ਕੈਮਰਾਮੈਨ ਸਾਹਿਬ, ਅਗਲੇ ਪਾਸੇ ਵਿਖਾ ਦਿਓ, ਤਸੱਲੀ ਹੋ ਗਈ ਪਿੱਛੋਂ, ਅਤੇ ਚਲਦੀ ਫਿਰਦੀ ਵਿਖਾ ਦਿੰਦੇ ਹਾਂ, ਥੋੜ੍ਹੀ ਜਿਹੀ ਬਾਅਦ 'ਚ ਢੁਰਾ ਵੀ ਲਾਂਗੇ ਮੱਝ। ਤਸੱਲੀਆਂ ਕਰਾ ਦੇ ਮੇਰੇ ਭਾਈਆਂ ਦੀਆਂ, ਛੋਟੇ ਛੱਡ ਕੇ ਟੋਰ ਮੱਝ ਨੂੰ ਪਲਾਂ ਭਰਾ ਨੂੰ, ਥੋੜ੍ਹੇ ਲੱਤਾਂ ਛੱਤਾਂ ਚੈੱਕ ਕਰ ਲਈਏ ਤਾਂ ਕਿ ਕੁੰਡਾ ਛੰਡਾ ਜਾਂ ਕੋਈ ਸਰਨੀ ਦੀ ਵਾਸ਼ਕਾ, ਇਹ ਤਾਂ ਸ਼ਿਕਾਇਤ ਨਹੀਂ ਹੈਗੀ ਕਿ ਮਦਰ ਸੈਨ ਟੀ ਵੀ ਚੈਨਲ ਅਲਹਮਦੁਲਿਲਾ ਤਸੱਲੀਆਂ ਕਰਵਾਉਂਦਾ। ਮਾਸ਼ਾਅੱਲਾ ਸੋਹਣੀ ਮੱਝ ਦੋਸਤੋ, ਠੀਕ ਹੋ ਗਿਆ ਬੰਦ ਲਾਮਾ ਇੱਕ ਵਾਰੀ ਇੱਧਰ ਹੋ ਜਾ। ਇਹ ਬੱਚਾ ਵਿਖਾ ਦਿਓ ਕੈਮਰਾਮੈਨ ਸਾਹਿਬ, ਇਹ ਦੋਸਤੋ ਬੱਚਾ ਹੈ ਤਾਂ ਬਿਲਕੁਲ ਤਾਜ਼ਾ ਨਾੜਵਾ ਨਾਲ ਖੜਾ, ਹਰ ਚੀਜ਼ ਮੇਰੇ ਕੈਮਰੇ ਦੀ ਨਜ਼ਰ ਹੈ। ਕੈਮਰਾਮੈਨ ਸਾਹਿਬ ਸਲੀ ਨਾਲ ਬੱਚਾ ਵਿਖਾ ਦਿਓ, ਇਹਦਾ ਨਾੜਵਾ ਬਿਲਕੁਲ ਕੱਚਾ, ਥੱਲੇ ਵਿਖਾ ਦਿਓ। ਉਹ ਕਰਮਾਲੀ ਭਾਈ ਤੋਂ ਬੰਦ ਕਿਤਾਬ ਠੀਕ ਹੋ ਗਿਆ ਸਲੀ ਨਾਲ, ਆਹ ਛੋਟੇ ਨੇ ਇਸ ਪਾਸੇ। ਅਸਲਾਮ ਵਾਲੇਕਮ ਜੀ। ਵਾਲੇਕੁਮ ਸਲਾਮ, ਥੋੜ੍ਹਾ ਜਿਹਾ ਉੱਚੀ ਬੋਲਣਾ, ਕੀ ਹਾਲ ਨੇ ਛੋਟੇ? ਠੀਕ ਠਾਕ ਜੀ। ਕਿਹੜਾ ਕੀ ਨਾਂ ਹੈ? ਆਸਫ ਜੀ। ਭਾਈ ਆਸਫ, ਤੇਰੀ ਇਹ ਮੱਝ ਵਿਖਾਈ, ਸਭ ਤੋਂ ਪਹਿਲਾਂ ਇਹ ਦੱਸਣਾ ਕਿੰਨਵਾਂ ਸੁਆ ਸੂਈ? ਇਹ ਤੀਸਰਾ ਸੁਆ ਸੂਈ। ਤੀਸਰਾ ਸੁਆ ਸੂਈ, ਠੀਕ ਹੋ ਗਿਆ। ਇਹਨੇ ਮਗਰ ਕੀ? ਕੱਟਾ। ਕੱਟਾ ਹੈ। ਇਹ ਕਦੋਂ ਸੂਈ? ਕੱਲ 10 ਵਜੇ। ਕੱਲ 10 ਵਜੇ ਸੂਈ, ਠੀਕ ਹੋ ਗਿਆ। ਪਹਿਲਾਂ ਬੋਲਾ ਕਿੰਨਾ ਕੱਢਿਆ ਸੀ? 6 ਸਰ ਜੀ, ਕੱਟਣ ਚੰਗਾ ਕੇ। ਕੱਟਣ ਚੰਗਾ ਕੇ 6 ਕਿਲੋ ਕੱਢਿਆ ਸੀ? ਅੱਛਾ, ਠੀਕ ਹੋ ਗਿਆ। ਤੇਰੇ ਘਰ ਦੀ ਮੱਝ? ਹਾਂ ਜੀ। ਠੀਕ ਹੋ ਗਿਆ। ਅੱਛਾ, ਪਿਆਰ ਮੁਹੱਬਤ ਵਾਲਾ ਜਿਹੜਾ ਇਹਦਾ ਮੁੱਲ ਹੈ ਉਹ ਕਿੰਨਾ ਹੈ? 2,20,000। 2,20,000? ਇਹਦੇ ਵਿੱਚ ਕੋਈ ਮਾੜਾ ਮੋਟਾ ਪਿਆਰ ਮੁਹੱਬਤ? ਥੋੜ੍ਹਾ ਘਣਾ ਕਰ ਲਾਂਗੇ। ਥੋੜ੍ਹਾ ਘਣਾ ਕਰ ਲਓਗੇ? ਚਲੋ ਕਰ ਲਵਾਂ ਲਾਜ਼ਮੀ। ਅੱਛਾ,
ਇਹ ਜਿਹੜੀ ਮੱਝ ਹੈ ਪਿਛਲੇ ਸੂਏ ਦੁੱਧ ਕਿੰਨਾ ਕਰਦੀ ਰਹੀ ਬੱਚੇ ਨੂੰ ਛੱਡ ਕੇ ਪਹਿਲਾਂ ਜੇ ਤੇਰੇ ਘਰ ਦੀ ਹੈ ਤਾਂ ਫਿਰ ਤੈਨੂੰ ਪਤਾ ਹੀ ਹੋਣਾ 14 ਲੀਟਰ ਬੱਚੇ ਨੂੰ ਛੱਡ ਕੇ 14 ਕਰਦੀ ਰਹੀ ਹਾਂਜੀ ਅੱਛਾ ਤੇ ਹੁਣ ਬੱਚੇ ਨੂੰ ਛੱਡ ਕੇ ਹਾਜ਼ਰ ਟਾਈਮ ਕਿੰਨਾ ਕਰ ਰਹੀ 8 ਲੀਟਰ 8 ਲੀਟਰ ਬੱਚੇ ਨੂੰ ਛੱਡ ਕੇ ਕੱਲ ਸੂਈ ਹਾਂਜੀ ਤੇ ਅਜੇ ਕੋਈ ਚੀਜ਼ ਪਾਈ ਇਹਨੂੰ ਕਿ ਨਹੀਂ ਨਹੀਂ ਅੱਛਾ ਕੋਈ ਸ਼ੈ ਨਹੀਂ ਪਾਈ ਤੇ ਕਿੰਨਾ ਕੁ ਦੁੱਧ ਕਰ ਜਾਏਗੀ ਤਕਰੀਬਨ ਤੇ ਕਦੋਂ ਕਰ ਜਾਏਗੀ ਹੌਲੀ ਆਸਤਾ ਆਸਤਾ ਕਰੇਗੀ 14-15 ਲੀਟਰ ਕਰ ਜਾਏ ਪੂਰਾ 14-15 ਲੀਟਰ ਕਰੇਗੀ ਕਿੰਨੇ ਦਿਨਾਂ ਤੋਂ ਬਾਅਦ ਮਹੀਨੇ ਤੋਂ ਬਾਅਦ ਕਰੇਗੀ ਮਹੀਨੇ ਤੋਂ ਬਾਅਦ ਕਰੇਗੀ ਅੱਛਾ ਠੀਕ ਹੋ ਗਿਆ ਮਹੀਨੇ ਤੋਂ ਪਹਿਲਾਂ ਨਹੀਂ ਕਰੇਗੀ ਪਹਿਲਾਂ ਵੀ ਕਰ ਲੈਗੀ ਅੱਛਾ ਪਾਏ ਨਾਲ ਠੀਕ ਹੋ ਗਿਆ 2,20,000 ਰੁਪਇਆ ਠੀਕ ਹੋ ਗਿਆ ਇਹਨਾਂ 'ਚ ਪਿਆਰ ਮੁਹੱਬਤ ਲਾਜ਼ਮੀ ਕਰਨੀ ਅੱਛਾ ਪਿੱਛੇ ਇਹਦਾ ਕੀ ਹੈ ਕੱਟਾ ਠੀਕ ਹੋ ਗਿਆ ਜੀ ਮੈਂ ਉਮੀਦ ਕਰਨਾ ਕਿ ਦੋਸਤਾਂ ਨੂੰ ਅੱਜ ਵਾਲੀ ਬੜੀ ਵੀਡੀਓ ਪਸੰਦ ਆਵੇਗੀ ਅਗਲੀ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਅਤੇ ਨਾਲ ਹੀ ਲੱਗਾ ਬੈਲ ਦਾ ਬਟਨ ਕਰੋ ਓਕੇ ਤਾਂ ਕਿ ਮੇਰੀ ਹਰ ਆਉਣ ਵਾਲੀ ਨਵੀਂ ਵੀਡੀਓ ਦਾ ਤੁਹਾਨੂੰ ਨੋਟੀਫਿਕੇਸ਼ਨ ਪਹੁੰਚ ਸਕੇ ਅਤੇ ਤੁਸੀਂ ਜਨਾਬ ਉਹ ਵੀਡੀਓ ਵੇਖ ਸਕੋ ਕੈਮਰਾਮੈਨ ਸਾਹਿਬ ਇਸ ਮਾਝ ਦੀ ਫਿਰ ਤਸੱਲੀ ਕਰਾ ਦਿਓ ਇੱਕ ਨਜ਼ਰ ਤਾਂ ਕਿ ਮੇਰੇ ਦੋਸਤਾਂ ਨੂੰ ਸ਼ੱਕ ਸ਼ੁਬਾ ਨਾ ਰਹਿ ਜਾਵੇ ਕੱਟਿਆ ਜੀ ਮਾਲਕ ਤੁਹਾਡੇ ਸਾਹਮਣੇ ਫੜ ਰਿਹਾ ਕੱਟੇ ਨੂੰ ਮਾਸ਼ਾਅੱਲਾ ਛੋਟੀ ਬੱਕੀ ਦੀ ਮੱਝ ਸੋਹਣੀ ਬੜਾ ਕਬਾੜੇ ਵਾਲੀ ਮੱਝ ਹੈ ਮਿਲਣੇ ਜਨਾਬ ਅਗਲੀ ਵੀਡੀਓ ਦੇ ਵਿੱਚ ਪਾਕਿਸਤਾਨ ਜ਼ਿੰਦਾਬਾਦ